ਆਪਾਂ ਜਲੰਧਰ ਕਹਿੰਦੀ ਚਲ ਜਾਈਏ, ਮੈਂ ਕਹਿੰਦਾ ਮੀਂਹ ਨੇ ਬੱਟਾਂ ਪਾਣੀ ਟਪਾ। ਅੱਛਾ ਜੀ, ਇੰਨਾ ਉਜਾੜ। ਇਹ ਵੀਰੇ ਹੋਰ ਗੱਲ ਸੀ, ਹੁਣ ਤਾਂ ਬੈਡਾਂ ਦੇ ਲੱਗੇ ਮੱਕੀ ਬੀਜਣ, ਪਹਿਲਾਂ ਪੱਟਾਂ ਦੇ ਹੁੰਦੇ ਨੇ ਟਾਇਰ ਉਹੀ ਨੇ ਕਿ ਬਦਲ ਦੇ। ਪ੍ਰਧਾਨਾਂ ਦੀਆਂ ਕਮੇਨਾਂ ਚੱਲੀ ਜਾਣ। ਅੱਛਾ ਜੀ, ਉਹ ਕਿੱਥੋਂ ਯੂਨੀਅਨ ਪਾਸ ਹੋਣੀ ਆ ਕਿ ਨਹੀਂ? ਏਕਾ ਕਰਨਾ ਏਕੇ ਚ ਬਰਕਤ ਆ। ਜੇ ਹੁਣ ਮੈਂ ਕਹੀ ਜਾਵਾਂ ਵੀ ਮੈਂ ਤੁਹਾਡੀਆਂ ਕਢਾ ਕੇ ਮੈਂ ਆਪਦੀਆਂ ਵੱਢੀ ਜਾਵਾਂ, ਕੰਮ ਤਾਂ ਵੀਰੇ ਦਾਣਾ ਪਾਣੀ ਯਾਰ ਮੋਹਰ ਲੱਗੀ ਹੋਈ ਆ। ਉਹਨੂੰ ਮਿਲਣਾ ਹਰਦੇਵ ਬਾਈ ਨੂੰ ਪੁੱਛ ਲਾ, ਨਾ ਜਿਸ ਤਰ੍ਹਾਂ ਮਸ਼ੀਨ ਲੈਣ ਗਏ ਆ ਅਸੀਂ। ਮੈਂ ਮੱਕੀ ਦਾ ਸੋਚਿਆ ਹੀ ਤਾਂ ਵੀਰੇ, ਠੀਕ ਹੈ ਜੀ ਬਾਬਾ, ਮੈਨੂੰ ਐਂ ਤਾਂ ਵੀ ਮੈਂ ਕੱਟ ਰਿਹਾ ਇੰਨਾ, ਮੈਂ ਕਿਹਾ ਕਿੱਥੇ ਲਾਊਂਗਾ ਹਨਾ, ਕਿਵੇਂ ਤਾਂ ਮਸ਼ੀਨ ਮਸੀਂ ਜੁੜੀ ਆ। ਠੀਕ ਹੈ, ਵੀ ਇੰਨੇ ਕੁ ਪੈਸੇ ਮਿਹਨਤ ਕਰਕੇ ਜੋੜੇ ਆ, ਕੋਈ ਗੱਲ ਨੀ, ਦੋ ਕੁ ਸਾਲ ਲਾਏ ਦੇ ਹੋਰ ਲੈ ਲਾਂਗੇ। ਅਸੀਂ ਕਰਤਾਰ ਕੰਪਨੀ ਦਾ ਸ਼ੁਕਰਾਨਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਚਲੋ ਧੰਨਵਾਦ ਜੀ, ਧੰਨਵਾਦ ਜੀ, ਜਿਹੜਾ ਉਹਨਾਂ ਨੇ ਵਿਚਾਰਿਆਂ ਨੇ ਮੋਢੇ ਨਾਲ ਮਾੜੇ ਟਾਈਮ ਦੇ ਵਿੱਚ ਕਹਿੰਦਾ, ਜਿਹੜਾ ਬੰਦਾ ਨਾਲ ਖੜ ਜਾਵੇ ਨਾ ਪੈਸੇ ਦਾ ਵੀ ਨੁਕਸਾਨ ਨੀ ਕੱਟਦਾ, ਪੈਸਾ ਕਿਹਾ ਜਾ ਹੁੰਦਾ ਮੈਂ
ਦੋ ਟੈਂਕ ਕੱਢੇ ਨਾ ਮਸ਼ੀਨ ਨੇ ਕਹਿੰਦਾ ਦੋ ਟੈਂਕਾਂ ਵਾ ਸਾਡਾ ਦਿਲ ਐ ਕਰੇ ਵੀ ਯਾਰ ਮਸ਼ੀਨ ਤਾਂ ਨਵਿਆਂ ਨਾਲੋਂ ਉੱਤੇ ਕੰਮ ਕਰਦੀ ਆ ਇਹ ਠੀਕ ਆ ਬਾਕੀ ਐ ਵੀ ਨੀਤ ਨਾਲ ਕੰਮ ਕਰੇ ਜੇ ਬੰਦਾ ਹਨਾ ਬਾਈ ਬਾਕੀ ਵੀਰੇ ਤੂੰ ਆਪ ਹੀ ਮਿਹਨਤ ਕਰਦਾ ਇਹਦਾ ਬੜਾ ਫਰਕ ਆ ਵੀਰੇ ਇਹ ਬਹੁਤ ਕੰਮ ਕਰ ਤੂੰ ਆਪ ਕਰਦੇ ਹੋ ਨਾ ਵੀਰੇ ਸਵੇਰੇ ਘੰਟਾ ਦੋ ਘੰਟੇ ਮੈਂ ਆਪ ਲਾ ਕੇ ਜਾਂਦਾ ਇਹੀ ਤਾਂ ਫਿਰ ਗੱਲ ਇਹੀ ਫਰਕ ਆ ਦੇਖ ਕੇ ਤੇ ਘੁਆਵਾਂ ਨਾ ਵਾ ਠੀਕ ਆ ਆਪਾਂ ਦੂਜੀਆਂ ਮਸ਼ੀਨਾਂ ਆਪਣੇ ਉਹ ਮਾਲਕਾਂ ਦੀ ਚੱਲਦੀਆਂ ਠੀਕ ਆ ਉਹ ਵੀ ਆਪਣੇ ਬਰਾਬਰ ਜਾ ਆਪਾਂ ਨੂੰ ਨਿੰਦਰ ਵੀਰੇ ਦਸਵੇਂ ਕੰਮ ਹੈ ਆਲੂ ਲਾਉਂਦੇ ਆ ਜਿਹੜਾ ਆਲੂ ਨੂੰ ਖਾਦ ਪਾਣੀ ਪਾਇਆ ਤਾਂ ਸਾਰਾ ਮੱਕੀ ਨੂੰ ਲੱਗਦਾ ਮੱਕੀ ਦਾ ਚੌੜੇ ਹੋ ਗਏ ਉਹ ਹਿੱਸਾ ਚੌੜਾ ਲਿਆ ਪਿਆ ਸੀ ਹਾਂ ਪਹਿਲਾਂ ਤੰਗ ਹੁੰਦੇ ਸੀ ਇਹ ਜਿਵੇਂ ਨਿੰਦਰ ਵਾਲੀ ਪਿਛਲਾ ਟਾਇਰ ਜਿਹੜੇ ਮੂਹਰੇ ਟਾਇਰ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਮਸ਼ੀਨ ਗੇੜਾ ਖਾਈ ਜਾਂਦੀ ਸੀ ਉਹਨੂੰ ਕੱਟ ਬਣਾਇਆ ਹੋਇਆ ਸੀ ਹੁਣ ਬੈਡਾਂ ਕਰਕੇ ਬੈਡ ਚੌੜੇ ਹੋ ਗਏ ਟਾਇਰ ਬੈਡ ਚੱਲੀ ਜਾਂਦਾ ਹੁਣ ਚਲੋ ਕੰਮ ਵੀ ਥੋੜਾ ਹੀ ਰਹਿ ਗਿਆ ਚੱਕ ਲਿਓ ਚੱਕ ਲਿਓ ਗੱਲ
ਬਹੁਤ ਮਸ਼ੀਨਾਂ ਵੇਚੀਆਂ ਪ੍ਰੀਤ ਵਾਲੇ ਬੰਦੇ ਦੇ ਬਰਾਬਰ ਚੜਾਂ ਸਾ ਮੈਨੂੰ ਤਾਂ ਕਹੀਂ ਦੀ ਲੋੜ ਨਹੀਂ ਪਈ ਬਚਾਅ ਹੋ ਗਿਆ ਬਾਈ ਤੇ ਬਾਈ ਐ ਨਾ ਬਚਾਅ ਹੋ ਗਿਆ ਇਹੀ ਏਰੀਆ ਦੇ ਵਿੱਚ ਬਚਾਅ ਹੋਇਆ ਠੀਕ ਹੈ ਆਪਾਂ ਜਲੰਧਰ ਕਹਿੰਦੇ ਚਲ ਜੀਏ ਮੈਂ ਕਹਿੰਦਾ ਮੀਂਹ ਨੇ ਬਟਾਂ ਪਾਣੀ ਟਪਾ ਅੱਛਾ ਜੀ ਇੰਨਾ ਉਜਾਰ ਇਹਨਾਂ ਬਹੁਤ ਆ ਹੁਣ ਤੈਨੂੰ ਲਜਾਣਾ ਹੀ ਉਧਰ ਤੇ ਮੌਲ ਬਣੀ ਚੱਲਦੀ ਨਹੀਂ ਮਸ਼ੀਨਾਂ ਵੀ ਇੱਥੇ ਹਾਂ ਬਹੁਤ ਜ਼ਿਆਦਾ ਮੀਂਹ ਤੇ 2 ਵੀਲ ਮਸ਼ੀਨ ਇਹ ਜੱਲੀ 4 ਬਾਈ 4 ਵੀ ਕਹਿੰਦੇ ਜੇਸੀਬੀ ਆ ਕੇ ਕੱਢਦੇ ਆ ਜੇਸੀਬੀ ਆ ਵੀਰੇ ਆਪਣਾ ਮੁੰਡਾ ਚੱਲਦੇ ਆ ਕਿਰਦਾਰਾਂ ਕਮੈਨ ਜੇਸੀਬੀ ਕਿਰਾਏ ਤੇ ਦਿਹਾੜੀ ਤੇ ਰੱਖੀ ਹੋਈ ਆ ਉਹੀ ਤਾਂ ਗੱਲ ਆ ਵੇ ਦੋਨੇ ਮਸ਼ੀਨਾਂ ਇਕੱਠੀਆਂ ਚੱਲਦੀਆਂ 4x4 ਵੀ ਜਿੰਦਾ ਦੱਸਦੇ ਗੱਲ ਕਿ ਵੀਰੇ ਪਾਣੀ ਹੋਵੇ ਫੇਰ ਕਾਮਯਾਬ ਆ ਬਾਕੀ ਸਾਡਾ ਤਾਂ ਮੇਰਾ ਤਾਂ ਆਇਆ ਤਾਂ ਮੈਨੂੰ ਪਹਿਲਾਂ ਮੈਂ ਜਿਸ ਦਿਨ ਮੈਂ ਤੈਨੂੰ ਫੋਨ ਲਾਇਆ ਉਦੋਂ ਮਾਂਜਾ ਟੁੱਟ ਗਿਆ ਦਾ ਦੱਸਿਆ ਮੈਂ ਕਿਹਾ ਯਾਰ ਵੀ ਹਨਾ ਇੰਨੇ ਬੰਦਾ ਵੀ ਰੱਖਿਆ ਕਟਰ ਵੀ ਪਾਇਆ ਮਸ਼ੀਨ ਵੀ ਲਈ ਰਿਪੇਅਰ ਵੀ ਕਰੀ ਹੋਈ ਆ ਮਸ਼ੀਨ ਖੜੀ ਕਿਵੇਂ ਦੇਖੂੰਗਾ ਮੈਂ ਕਿਹਾ ਵੀ ਨਹੀਂ ਪੱਟ ਖੂਹ ਹੋਰ ਦੇਖੀ ਜਾਊ ਠੀਕ ਆ ਤਾਂ ਫੇਰ ਮਾਲਕ ਨੂੰ ਅਰਦਾਸ ਕਰੀ ਕਿ ਮੈਂ ਕਿਹਾ ਵੀ ਬਸ ਕਰ ਹੁਣ ਸਾਨੂੰ ਵੀ ਕਰ ਲੈਣ ਦੇ ਕੁਛ ਪੈਰਾਂ ਵਾਲਿਆਂ ਨੂੰ ਕਰਾਊਂਗਾ ਪਰ ਫੇਰ ਮਾਲਕ ਨੇ ਵਧੀਆ ਆਪਣੀ ਸੁਣੀ ਚੱਲ ਦੋ ਚਾਰ ਦਿਨ ਲੱਗ ਜਾਣ ਬਸ ਬੱਲੇ ਆ ਬਸ 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 ਤਿੰਨ ਦਿਨ ਲੱਗ ਗਏ ਆਪਾਂ ਬਾਈ ਐਂ ਕਹਿੰਦੇ ਆ ਜਿਹੜੇ ਮਸ਼ੀਨ ਤੇ ਰਿਪੇਅਰ ਕਰੀ ਆ ਆ ਵਿਚਾਰੇ ਮਗਰ ਫਿਰਦੇ ਆ ਲੇਬਰ ਵਾਲੇ ਡਰਾਈਵਰ ਚਲਾਉਂਦਾ ਇਹਨਾਂ ਦਾ ਬਸ ਉਹ ਆਹ ਦਿਨ ਰਿਪੇਅਰ ਜਿਵੇਂ ਬਾਈ ਦੇ ਪੜਾ ਦੱਸਣਾ ਆਖਰੀ ਗੱਲ ਤਾਂ ਇਹੀ ਆ ਨਾ ਗੱਲ ਦਿੱਤੀ ਆ ਕਿ ਹੁਣ ਅਗਲਾ ਕਿਹਾ ਹੁਣ ਮੰਨ ਲਾ ਮੈਂ ਕਹਿ ਦਵਾਂ ਵੀ ਮੇਰਾ 100 ਕਿੱਲਾ ਹੋ ਗਿਆ 4500 ਨੂੰ 4.5 ਲੱਖ ਦਾ ਕੰਮ ਕਰਤਾ ਸਹੀ ਗੱਲ ਆ ਉਹ ਦੇਖ ਲਿਆ 4.5 ਲੱਖ ਦੇ ਲਿਆ ਬਾਈ ਡੀਜ਼ਲ ਉਹਨੇ ਦੇਖਣਾ ਠੀਕ ਆ ਹੁਣ ਕੱਲ ਤੁਸੀਂ ਮੰਨੋਗੇ ਨੀ 12 ਕਿੱਲਿਆਂ ਦੇ ਵਿੱਚ ਨਹੀਂ 15,000 ਕੀ ਕਰੂੰਗੇ ਬਾਕੀ ਪੂਰੇ ਰਿਪੇਅਰ ਵੀ ਨਿਕਲਣੇ ਮਿੰਦਰ ਵੀਰੇ ਪੂਰੇ ਰਿਪੇਅਰ ਵੀ ਨਿਕਲਣੇ ਥੋੜੇ ਥੋੜੇ ਗਿੱਲੇ ਖੇਤ ਆ 12 ਕਿੱਲਿਆਂ ਦੇ ਵਿੱਚ 15,000 ਦਾ ਤੇਲ ਕੋਈ ਯਾਰ ਤੋਂ ਗਾਹਾਂ 10 ਲੀਟਰ ਦੇ ਉੱਤੇ ਚੱਲ ਗਈ ਗਾਹਾਂ ਕਹਾਣੀ ਉਹਨਾਂ ਦੇ ਵੀਰੇ ਵੱਡੇ ਹੋਏ ਪਹਿਲਾਂ 5-7 ਕਿੱਲੇ ਉਹ ਕਹਿੰਦੇ ਹੋਰ ਮਸ਼ੀਨ ਦਿਓ ਕਿਤੇ ਬਣਾਈਏ ਤੈਨੂੰ ਬਣਾਉਣੇ ਪੈਣਾ ਨਹੀਂ ਬੋਲਦਾ ਜੀ ਬੋਲ ਤੂੰ ਭੇਜ ਕੋਈ ਠੀਕ ਹੈ ਮੈਂ ਮੁੰਡੇ ਨੂੰ ਕਿਹਾ ਮੈਂ ਥਾਪੀ ਦਿੱਤੀ ਮੈਂ ਚੱਕ ਦਿਓ ਕੰਮ ਨੂੰ ਚੱਲੀ ਚੱਲ ਚੱਲੀ ਚੱਲ ਹੁਣ ਉਹਨਾਂ ਨੂੰ ਦੇਖ ਬਾਕੀ ਮਸ਼ੀਨ ਤੇਰੇ ਸਾਹਮਣੇ ਚੱਲਦੀ ਆ ਦੇਖ ਮਸ਼ੀਨ ਤਾਂ ਬਹੁਤ ਉੱਥੇ ਦਾ ਮੁੰਡਾ ਠੰਡਾ ਠੀਕ ਹੈ ਕਹਿੰਦੀ ਕੀਲਾ ਖੰਡ ਇਹਨੂੰ ਕਹੇ ਵੀ ਘੱਟ ਵੜਨੀ ਪਰ ਇਹ ਨਾ ਹੋਵੇ ਤੂੰ ਸ਼ਾਮ ਨੂੰ ਮੈਨੂੰ ਕਹੇ ਵੀ ਬਾਈ ਲਿਆ 20,000 ਰੁਪਇਆ ਆਹ ਟੁੱਟ ਗਿਆ ਆਪਣਾ ਹੋ ਗਿਆ ਨਾ ਕੋਈ ਗੱਲ ਕੀਲਾ 2 ਕਿੱਲੇ ਘੱਟ ਵੜੇ ਨਵੀਂ ਨਾਲ ਇਹ ਡਰਾਈਵਰ ਦਾ ਤਬਾਹ ਹੋ ਗਿਆ ਹਾਂ ਇਹ ਕੋਈ ਆਪਾਂ ਨੂੰ ਫਰਕ ਨਹੀਂ ਹੈਗਾ ਆਪਾਂ ਕਿਹੜਾ ਕੇਸ ਦੇਣੀ ਹੈ ਨਾਲੇ ਹੁਣ ਇਧਰੋਂ ਜਾਂਦਾ ਸੀ ਕਿੱਲਾ ਸੀ ਧੱਕਾ ਕਰਦਾ ਯਾਰ ਟੈਂਕਰ Yeah.
ਮਾਡਲ ਦੇਖ ਰਹੇ ਨਾ ਉੱਗਰ ਦੇਣਾ ਕਾਹੇ ਪੜਕ ਪੜਕ ਵਿਚ ਵੱਜਦੀਆਂ ਤੀਨ ਵਾਂਗੂ ਖੜਕਦੀਆਂ ਤੇਰੇ ਸਾਹਮਣੇ ਮਸ਼ੀਨ ਪਤਾ ਵੀ ਲੱਗਦਾ ਪਤਾ ਲੱਗਦਾ ਬਾਕੀ ਐਂ ਵੀ ਜਿੰਨੇ ਕੁ ਦੀ ਜਿੰਨੇ ਕੁ ਪੈਸੇ ਆ ਬਹੁਤ ਧੰਨਵਾਦ ਬਾਈ ਕੋਈ ਨਾ ਕੋਈ ਵੀਡੀਓ ਚੰਗੀ ਲੱਗੀ ਸ਼ੇਅਰ ਲਾਇਕ ਜ਼ਰੂਰ ਕਰਿਓ ਵੱਡਣ ਵਾਲੇ ਦੇ ਫੋਨ ਆਈ ਜਾਂਦੇ ਦੇਖ ਲਾ ਚੌਵੀ ਵਜੇ ਪੱਚੀ ਪੱਚੀ ਮਾਰ ਲਾ ਰੋਡਾਂ ਤੇ ਖੜੀਆਂ ਸਹੀ ਗੱਲ ਆ ਨਵੇਂ ਨਵੇਂ ਦੇ ਕਹਿੰਦਾ ਲਾਲ ਭੇਜੀ ਸਹੀ ਗੱਲ ਆ ਕਹਿੰਦਾ ਉਹ ਮੈਂ ਕਿਹਾ ਹਰੀਆਂ ਖੜੀਆਂ ਕਰਦੀ ਗੁਰੂ ਕਹਿੰਦਾ ਲਾਲ ਮਦੀਨ ਭੇਜੀ ਠੀਕ ਹੈ